ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਹੀ ਪਸ਼ੂ ਵਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਤਾਜ਼ੀ ਸੂਈ ਝੋਟੀ ਤੁਹਾਨੂੰ ਦਿਖਾਵਾਂਗੇ ਅਤੇ ਦੋ ਤੁੱਕੜ ਗੱਭਣਾ ਤੁਹਾਨੂੰ ਦਿਖਾਉਣੀ ਆ, ਇੱਕ ਤੁੱਕੜ ਗੱਭਣ ਗਾਂ ਅਤੇ ਇੱਕ ਤੁੱਕੜ ਗੱਭਣ ਮੱਝ ਤੁਹਾਨੂੰ ਦਿਖਾਵਾਂਗੇ। ਗੱਲਬਾਤ ਜਤਿੰਦਰ ਵੀਰ ਨਾਲ ਕਰਦੇ ਹੁਣ ਆਪਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਵਧੀਆ ਚੀਜ਼ ਆ ਜੀ। ਅਤੇ ਨਾਮ ਦੱਸ ਦਿਓ ਕਰਿਓ, ਅਤੇ ਫੋਨ ਨੰਬਰ ਵੀ ਬੋਲ ਦਿਓ ਕਰਿਓ। 90568 27 57। ਠੀਕ ਹੈ ਜੀ, ਅਤੇ ਚਲੋ ਸ਼ੁਰੂਆਤ ਫਿਰ ਆ ਤੁੱਕੜ ਗੱਭਣ ਤੋਂ ਹੀ ਕਰ ਲਈਏ। ਆ ਵੇਖ ਸਕਦੇ ਜੀ, ਪਿੱਠ ਥੋੜ੍ਹਾ ਵੀ ਜਿਹੜਾ ਇਹਦਾ ਚੰਗਾ, ਅਤੇ ਥੱਲੇ ਥਣਾਂ ਦਾ ਸਾਈਜ਼ ਗੈਪ ਅਤੇ ਮਿਲਕ ਮੇਨ ਵੀ ਚੰਗੀ ਲੱਗੀ ਜਿਹੜੀ। ਕਿੰਨੇ ਚਿਰ ਦੀ ਗੱਭਣ 'ਚ ਵਿੱਧੀ? ਅੱਛਾ, ਪੰਜਾਂ ਦੀ ਗੱਭਣ ਹੋ ਗਈ ਆ ਪੂਰੀ। ਅਤੇ ਦੁੱਧ ਕਿੰਨਾ ਇਹਦੇ ਕੋਲ? ਅੱਛਾ, ਕੱਟੇ 'ਤੇ ਮਿਲਦੀ ਦੋਵੇਂ ਟਾਈਮ, ਠੀਕ ਆ। ਇਹ ਆ ਕਿ ਗਰਮੀਆਂ ਗਰਮੀਆਂ ਨੇ ਦੁੱਧ ਵੀ ਚਵਾਈ ਜਾਣਾ ਵਾ, ਅਤੇ ਗਾਂ ਫਿਰ ਸੂਣ ਵਾਲੀ ਆ। ਅੱਛਾ ਅੱਛਾ ਠੀਕ ਆ, ਤੋਰੋ ਹਾਂ ਇੱਕ ਵਾਰੀ। ਬਾਕੀ ਹਵਾ ਨਾ ਹੁਣ ਵੀ ਥੱਲੇ ਜਿਹੜਾ ਇਹਦਾ ਚੰਗਾ ਵਾ, ਆਹ ਦੇਖ ਸਕਦੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ, ਅਤੇ ਮਗਰ ਇਹਦੇ ਕੱਟਾ ਵਾ, ਅਤੇ ਦੋਵੇਂ ਟਾਈਮ ਹੀ ਕੱਟੇ 'ਤੇ ਮਿਲਦੀ ਆ। ਠੀਕ ਆ, ਕੱਟਾ ਤਾਂ ਨਾ ਹੁਣ ਇਹਦਾ ਦਿਖਾ ਦਿੰਦੇ। ਕੱਟਾ ਜਿਹੜਾ ਇਹਦਾ ਖੁੱਲ੍ਹ ਕੇ ਆ ਗਿਆ ਆਪੇ ਹੀ। ਹਾਂ ਦੇਖ ਸਕਦੇ ਥੱਲੇ ਹਵਾਨਾ ਇਹਦਾ। ਅਤੇ ਪਿੱਠ ਫੁੜੇ ਤਾਂ ਵੀ ਦੇਖ ਸਕਦੇ ਜੀ ਇੱਕ ਨੇ। ਅਤੇ ਮੋਲੇ ਦਾ ਹੁਣੇ ਆਪਾਂ ਦੱਸਦੇ ਤੁਹਾਨੂੰ ਕੱਟਾ ਬਣ ਲੈਂਦਾ ਵੀਰ ਜੀ ਉਹਨਾਂ ਨੂੰ। ਆਹ ਕੱਟਾ ਜੀ ਜਿਹੜਾ ਇਹਦਾ, ਅਤੇ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ? ਠੀਕ ਆ, ਮਤਲਬ ਦੁੱਧ ਵੀ ਜਿੰਨੇ ਦਈ ਜਾਣਾ ਵਾ, ਤੇ ਗਾਂ ਵੀ ਸੂਣ ਵਾਲੀ ਆ, ਤੇ ਮਗਰ ਵੀ ਕੱਟਾ ਆ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤਾਜ਼ੀ ਸੂਈ, ਇਹਨੂੰ ਕਿੰਨਾ ਚਿਰ ਹੋ ਗਿਆ ਵਿਧੀ ਸੂਈ ਨੂੰ? ਆਹ ਕੱਟੀ ਜੇ ਮਗਰ। ਤੇ ਇਹਦੇ ਕੋਲ ਵਿਧੀ ਦੁੱਧ ਕਿੰਨਾ ਤਿਆਰ ਜੇ? ਦੁੱਧ ਵੀਰ ਜੀ 12 ਕਿਲੋ ਪਰ 10 ਕਿਲੋ ਕਰਕੇ ਦਵਾਂਗੇ, ਚਵਾਈ 1 ਨੰਬਰ ਹੋਊਗੀ। ਪੱਕਾ ਦੁੱਧ ਤਿਆਰ ਆ? ਇਹ ਵੀਰ ਜੀ ਸੌਦਾ ਹੈ, ਮੱਝ ਦਾ ਵੀਡੀਓ ਕਰ ਪਿਛਲੀ ਜੋ। ਹਾਂਜੀ, ਉਹਨਾਂ ਸਾਈ ਵੀ ਪਾਈ ਆ। ਅੱਛਾ, ਉਹ ਵੀਰ ਨੂੰ ਪਹਿਲਾਂ ਸੌਦਾ ਕਰ ਲਿਆ, ਹੁਣ ਆਉਂਦਾ ਕਦੀ ਵਿੱਚ ਮੇਰੇ ਡੰਗਰ ਪਾਲੋ, ਕਦੀ ਉਹ ਪਾਲਾਂਗੇ, ਪੈਸੇ ਨਗਦ ਲੈਣੇ ਆ ਖੜਨੀ। ਅੱਛਾ, ਇਸ ਕਾਰਨ ਕਰਕੇ ਬਾਕੀ ਮਹੀਂ ਤੇ 10 ਕਿਲੋ ਦੁੱਧ ਹੀ ਇੱਟ ਵਰਗੀ ਗਰੰਟੀ, ਕੋਈ ਚੂਹੇ ਤੋਂ ਸੱਲੀ ਕਰੇ। ਠੀਕ ਆ, 1 ਨੰਬਰ ਜੋ ਆਈ ਹੋਊਗੀ। ਤੋਰੋ ਫਿਰ ਇਹਨੂੰ ਥਾਣੇ ਤੇ ਦਿਖਾ ਦਈਏ ਇੱਕ ਵਾਰੀ ਲਾਗੇ। ਵੱਡੀ ਝੋਟੀ ਆ, ਕੱਦ ਕਾਠ ਜਿਹੜਾ ਇਹਦਾ ਚੰਗਾ ਵਾ।
ਨਾ ਦੇਸਾਂ ਦੇ ਹਵਾ ਨਾ ਇਹਨਾਂ ਥੋੜ੍ਹੀ ਜਿਹੀ ਵੀਰ ਜੀ ਇੱਧਰ ਨਾ ਸਿੱਧੀ ਤੌਰ 'ਤੇ ਇੱਕ ਹਾਂ ਦੇਖ ਸਕਦੇ ਲੈ ਜੀ ਸਵੇਰੇ ਪੰਜ ਸਵਾ ਪੰਜ ਵਜੇ ਦੀ ਚੋਈ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਫਿਰ ਵੀਰ ਜੀ ਮੁੱਲ ਇਹਦਾ 85,000 83,000 ਦਾ ਸੌਦਾ ਹੋਇਆ ਸੀ ਅੱਛਾ 4,000 ਨਾਲ ਸਾਈ ਪਾਈ ਹੁਣ ਅੱਜ ਮੈਂ 80,000 ਦੀ ਦੇ ਦੇਣੀ ਆ ਅੱਛਾ 80,000 ਦੀ ਦੇ ਦੇਣੀ 80,000 ਦੀ ਦੇ ਦਾਂਗੇ ਝੋਟੀ ਠੀਕ ਆ ਬਾਕੀ ਵਿੱਚੋਂ ਛੋੜ ਛੜ ਮੁੱਕ ਤੇ ਹੋ ਜਾਊਗੀ ਫਿਰ ਤੇ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ 6 ਮਹੀਨੇ ਪੂਰੇ ਹੋ ਗਏ ਸਦਵਾ ਲੱਗਾ ਜੀ ਅੱਛਾ ਹਾਂਜੀ ਦੁੱਧ ਵੀ 7 ਕਿਲੋ ਜਿਹਾ ਵੈਰ ਦੇ ਦੇ 7 ਕਿਲੋ ਹੈਗਾ ਪੱਕਾ ਦੁੱਧ ਹੋ ਗਏ ਖੜੇ ਜੀ ਕੋਈ ਠੀਕ ਆ ਚੋਆ ਇੱਕ ਨੰਬਰ ਹੋਊਗਾ ਬਾਕੀ ਇਹ ਸੱਜਰ ਵੀ ਚੰਗੇ ਦੁੱਧ ਵਾਲੀ ਆ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਇਹਦਾ ਜਿਹੜਾ ਚੰਗਾ ਹੈ ਮਿਲਕਮੈਨ ਵੀ ਚੰਗੀ ਲੱਗੀ ਆ ਜਰਸੀ ਕਰੋਸ 'ਚ ਆ ਜਿਹੜੀ ਅਤੇ ਆਹ ਦੇ ਸਾਡੇ ਥਾਣੇ ਦੇ ਲਾਗੇ ਤੋਂ ਅਤੇ ਮਿਲਕਮੈਨ ਵੀ ਚੰਗੀ ਮੋਟੀ ਲੱਗੀ ਹੈ ਜਿਹੜੀ ਇਹਨੇ ਸੱਜਰ ਨੇ ਕਿੰਨਾ ਕੁ ਦੁੱਧ ਚਵਾਇਆ ਵੀਰ ਜੀ 20 ਕਿਲੋ ਅੱਛਾ ਹਾਂਜੀ ਅਤੇ ਹੁਣ ਪੱਕਾ ਦੁੱਧ ਕਿੰਨਾ ਹੈ 7 ਕਿਲੋ ਤੇ ਮੁੱਲ ਇਹਦਾ 26,000 ਦੀ ਬਾਕੀ ਚਲੋ ਛੋਟ ਛੋਟ ਮੌਕੇ ਤੇ ਹੋ ਜਾਊਗੀ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜਿਹੜੀਆਂ ਸੂਈਆਂ 2 ਟਾਈਮ ਚੋਲੇ ਅਤੇ ਗੱਬਨ ਆਪਣੀ ਪਾਸ ਕਰਕੇ ਜਿਹੜੀਆਂ ਟੋਕੜਾ ਗੱਬਣਾ ਜਾ ਕੇ ਚੈੱਕ ਕਰਵਾ ਲਿਆ ਆਪਣੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ